ਆਪਣਾ ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਵੇਂ ਹੈ ਗੁਰੂ ਨਾਨਕ ਹੋਸਪਿਟਲ, ਇੱਕ ਐਸਾ ਨਾਮ ਜਿਨ੍ਹਾਂ ਨੇ ਕ੍ਰੀਏਸ਼ਨਸ ਕੀਤੀਆਂ ਨੇ ਪਰ ਮਹਾਂਪੁਰਖਾਂ ਨੇ ਉਹ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਇਹ ਹੋਸਪਿਟਲ ਜਿਹੜਾ ਹੈਗਾ, ਸੰਤ ਬਾਬਾ ਜਗਤਾਰ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਨੇ, ਜਿਨ੍ਹਾਂ ਨੇ ਮਿਸ਼ਨ ਹੈ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਆ। ਚੈਨਲ ਤੇ ਤੁਹਾਡਾ ਸਵਾਗਤ ਹੈ। ਜਿਵੇਂ ਹੈ ਗੁਰੂ ਨਾਨਕ ਹੋਸਪਿਟਲ, ਇੱਕ ਐਸਾ ਨਾਮ ਜਿਨ੍ਹਾਂ ਨੇ ਕ੍ਰੀਏਸ਼ਨਸ ਕੀਤੀਆਂ ਨੇ ਪਰ ਮਹਾਂਪੁਰਖਾਂ ਨੇ ਉਹ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਇਹ ਹੋਸਪਿਟਲ ਜਿਹੜਾ ਹੈਗਾ, ਸੰਤ ਬਾਬਾ ਜਗਤਾਰ ਸਿੰਘ ਜੀ ਜਿਹੜੇ ਕਾਰ ਸੇਵਾ ਵਾਲੇ ਨੇ, ਜਿਨ੍ਹਾਂ ਨੇ ਮਿਸ਼ਨ ਹੈ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਆ। ਔਰ ਅੱਜ ਦੇਸ਼ ਵਿਦੇਸ਼ ਦੇ ਵਿੱਚ ਉਸ ਨਾਮ ਤੋਂ ਸਾਰੇ ਜਿਹੜੇ ਵਾਕਫ ਨੇ, ਅੱਜ ਅਸੀਂ ਆਏ ਗੁਰੂ ਨਾਨਕ ਹੋਸਪਿਟਲ ਜਿਹਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਤੁਹਾਨੂੰ ਅਵੇਲੇਬਲ ਹੈ। ਜਿਹੜੇ ਚੀਜ਼ਾਂ ਲਈ ਤੁਹਾਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ, ਅੰਮ੍ਰਿਤਸਰ ਜਾਣਾ ਪੈਂਦਾ ਸੀ, ਜਲੰਧਰ ਜਾਣਾ ਪੈਂਦਾ ਸੀ, ਦੂਰ ਦੂਰ ਤੱਕ ਤੁਸੀਂ ਵਿਜਿਟ ਕਰਦੇ ਸੀਗੇ, ਉਹ ਸਾਰੀਆਂ ਫੈਸਿਲਿਟੀਆਂ ਲੈ ਕੇ ਗੁਰੂ ਨਾਨਕ ਹੋਸਪਿਟਲ ਸੇਵਾ ਦਾ ਕੇਂਦਰ ਬਣ ਕੇ ਸੇਵਾ ਕਰ ਰਿਹਾ, ਗੱਲ ਕਰ ਰਿਹਾ ਸਰ ਦੇ ਨਾਲ, ਜਿਹੜੇ ਇੱਕ ਸਕੈਟਰੀ ਦੇ ਡਾਕਟਰ ਵੀ ਨੇ। ਦੱਸੋ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਪ੍ਰੀਤ ਸਿੰਘ, MD ਸਾਈਕਾਟ੍ਰਿਸਟ। ਮੈਂ ਇਸ ਸੰਸਥਾ ਨਾਲ, ਇਸ ਟਰਸਟ ਨਾਲ ਪਿਛਲੇ 6 ਮਹੀਨੇ ਤੋਂ ਜੁੜਿਆ ਹੋਇਆ, ਅਤੇ ਕਾਫੀ ਮੈਨੂੰ ਇਸ ਸੰਸਥਾ 'ਚ ਆਉਣ ਦਾ ਕਾਫੀ ਫਾਇਦਾ ਵੀ ਮਿਲਿਆ ਹੈ ਅਤੇ ਮੈਨੂੰ ਕੁਛ ਸਿੱਖਣ ਨੂੰ ਵੀ ਕਾਫੀ ਕੁਛ ਮਿਲਿਆ ਹੈ। ਇਸ ਹੋਸਪਿਟਲ ਦੇ ਵਿੱਚ ਜੋ ਕਿ ਬਾਬਾ ਜੀ ਨੇ ਸਥਾਪਿਆ ਹੋਇਆ ਹੈ ਪਿਛਲੇ ਕਾਫੀ ਸਾਲਾਂ ਤੋਂ, ਤਰਨ ਤਾਰਨ ਦੇ ਲੋਕਾਂ ਦੀ ਅਤੇ ਨਾਲ ਦੇ ਹੋਰ ਕਾਫੀ ਸ਼ਹਿਰਾਂ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ, ਅਤੇ ਇਸ ਹੋਸਪਿਟਲ ਦੇ ਵਿੱਚ ਹਰ ਤਰ੍ਹਾਂ ਦੀ ਫੈਸਿਲਿਟੀ ਹੈਗੀ ਹੈ ਜੋ ਕਿ ਤੁਹਾਨੂੰ PGI ਚੰਡੀਗੜ੍ਹ ਦੇ ਹੋਸਪਿਟਲ ਦੇ ਵਿੱਚ ਮਿਲਦੀ ਹੈ, ਮਲਟੀ ਸਪੈਸ਼ਲਿਸਟ ਹੋਰ ਸੁਪਰ ਸਪੈਸ਼ਲਿਸਟ ਹੋਸਪਿਟਲਾਂ ਦੇ ਵਿੱਚ ਮਿਲਦੀ ਹੈ। ਉਹ ਸਾਰੀ ਫੈਸਿਲਿਟੀ ਤੁਹਾਨੂੰ ਇਸ ਤਰਨ ਤਾਰਨ ਦੇ ਇਸ ਗੁਰੂ ਨਾਨਕ ਸੁਪਰ ਸਪੈਸ਼ਲਿਸਟ ਹੋਸਪਿਟਲ ਵਿੱਚ ਅਵੇਲੇਬਲ ਹੈ, ਜਿਵੇਂ ਕਿ ਨਿਊਰੋ ਸਰਜਨ, ਨਿਊਰੋ ਫਿਜੀਸ਼ੀਅਨ, ਨੈਫਰੋ ਦੇ ਡਾਕਟਰ ਜਾਂ ਕਿਸੇ ਵੀ ਤਰ੍ਹਾਂ ਦੇ ਕਾਰਡੀਓਲੋਜਿਸਟ, ਗੈਸਟਰੋ ਦੇ ਸਾਰੇ ਡਾਕਟਰ ਇੱਥੇ 24 ਆਵਰ ਸਰਵਿਸਿਜ਼ ਅਵੇਲੇਬਲ ਨੇ, ਅਤੇ ਹਰ ਐਮਰਜੈਂਸੀ ਨੂੰ ਕਾਫੀ ਅੱਛੀ ਤਰ੍ਹਾਂ ਡੀਲ ਕੀਤਾ ਜਾਂਦਾ ਹੈ, ਅਤੇ ਹਰ ਤਰ੍ਹਾਂ ਦੇ ਸਟਾਫ ਦਾ ਵੀ ਕਾਫੀ ਇੱਥੇ ਇੰਪੋਰਟੈਂਟ ਰੋਲ ਹੈਗਾ। ਸਟਾਫ ਵੀ ਇੱਥੇ 24/7 ਔਨ ਦਾ ਟੋਜ਼ ਰਹਿੰਦਾ, ਯਾਨੀ ਕਿ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਨੈਗਲੀਜੈਂਸ ਮੈਂ ਪਿਛਲੇ 6 ਮੰਥ 'ਚ ਇੱਥੇ ਨਹੀਂ ਅਬਜ਼ਰਵ ਕੀਤੀ, ਜੋ ਕਿ ਕਾਫੀ ਸਹਾਰ, ਮਤਲਬ ਕਾਫੀ ਅੱਛਾ ਰਿਸਪੋਂਸ ਹੈਗਾ ਇਸ ਹੋਸਪਿਟਲ ਦਾ। ਸਰ, ਟਰੋਮਾ ਸੈਂਟਰ ਦੀ ਆਪਾਂ ਗੱਲ ਕਰ ਲਈਏ ਤਾਂ ਇਹ ਹੋਸਪਿਟਲ ਜੋ ਕਿ ਮਲਟੀ ਸਪੈਸ਼ਲਿਟੀ ਹੋਸਪਿਟਲ ਹੈ ਟਰੋਮਾ ਸੈਂਟਰ ਦੇ ਉੱਪਰ, ਕਿਉਂਕਿ ਬਿਲਕੁਲ ਮੇਨ ਰੋਡ ਦੇ ਕੋਲੇ ਹੈਗਾ, ਔਰ ਟਰੋਮਾ ਦੇ ਬਹੁਤ ਸਾਰੇ ਪੇਸ਼ੈਂਟਸ, ਕਿਉਂਕਿ ਉਹਨਾਂ ਨੂੰ ਇੱਕ ਪ੍ਰੋਬਲਮ ਨਾਲ ਨਹੀਂ ਆਉਂਦੇ, ਕਾਫੀ ਪ੍ਰੋਬਲਮਸ ਹੁੰਦੀਆਂ ਉਹਦੇ ਵਿੱਚ, ਇੱਥੇ ਨਿਊਰੋ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਆਰਥੋ ਦੀ ਗੱਲ ਕੀਤੀ ਆ, ਉਹਦੇ ਨਾਲ ਨਾਲ ਮੈਡੀਸਨ ਦੇ ਡਾਕਟਰਸ ਅਰਾਊਂਡ ਦੀ ਪ੍ਰੋਗਨਸੀਜ਼ ਆ, ਇਨ ਹਾਊਸ ਲੈਬਸ, ਹਰ ਚੀਜ਼ ਇੱਥੇ ਅਵੇਲੇਬਲ ਹੈ, ਜਿਹਦੇ ਨਾਲ ਟਰੋਮਾ ਦੇ ਪੇਸ਼ੈਂਟਸ ਦੇ ਲਈ ਇਹ ਹੋਸਪਿਟਲ ਵਰਦਾਨ ਬਣਦਾ। ਹਾਂਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਜਿਵੇਂ ਜਿੱਦਾਂ ਕਿ ਨੈਸ਼ਨਲ ਹਾਈਵੇ ਹੈ ਅਤੇ ਨੈਸ਼ਨਲ ਹਾਈਵੇ ਦੇ ਬਿਲਕੁਲ ਨਾਲ ਹੀ ਇਹ ਹੋਸਪਿਟਲ ਹੈ, ਅਤੇ ਇੱਥੇ ਟਰੋਮਾ ਦੇ ਕਾਫੀ ਪੇਸ਼ੈਂਟ ਹੁੰਦੇ ਜਿਹਨਾਂ ਨੂੰ ਨਾਲ ਦੀ ਨਾਲ ਹੀ ਨਿਊਰੋ ਸਰਜਨ ਦੀ ਫੈਸਿਲਿਟੀ ਅਵੇਲੇਬਲ ਕਰਾਈ ਜਾਂਦੀ ਹੈ, ਅਤੇ ਸਰਜਰੀ ਜੇ ਰਿਕੁਆਇਰਡ ਹੋਵੇ ਤਾਂ
ਵਿਦਇਨ ਕੁਛ ਮਿੰਟਸ ਹੀ ਸਰਜਰੀ ਸ਼ੁਰੂ ਹੋ ਜਾਂਦੀ ਹੈ, ਜੋ ਕਿ ਕਾਫੀ ਜ਼ਰੂਰੀ ਹੁੰਦੀ ਹੈ, ਲਾਈਫ ਸੇਵਿੰਗ ਪ੍ਰੋਸੀਜਰ ਹੁੰਦਾ ਹੈ, ਕਿਉਂਕਿ ਹੈੱਡ ਇੰਜਰੀ ਲਈ ਹਰ ਇੱਕ ਇੱਕ ਮਿੰਟ ਕਾਫੀ ਇੰਪੋਰਟੈਂਟ ਹੁੰਦਾ ਹੈ, ਅਤੇ ਉਸ ਕਰਕੇ ਨਿਊਰੋ ਸਰਜਨ ਦੀ ਅਵੇਲੇਬਿਲਿਟੀ ਹੋਣਾ ਇਸ ਟਰੋਮਾ ਸੈਂਟਰ 'ਚ ਕਾਫੀ ਇੰਪੋਰਟੈਂਟ ਹੈ। ਸਰ ਆਪਾਂ ਸਕੈਟਰੀ ਦੀ ਗੱਲ ਕਰ ਲਈਏ, ਜਿਹਦੇ ਤੁਸੀਂ ਸਪੈਸ਼ਲਿਸਟ ਹੋ, ਉਹ ਲੋਕ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਹੈ, ਚਾਈਲਡ ਸਕੈਟਰੀ ਦੀ ਗੱਲ ਕਰ ਲਈਏ, ਜਿਹੜੀ ਕਿ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ, ਉਹਦੇ ਨਾਲ ਨਾਲ ਨਸ਼ਾ ਜਿਹੜਾ ਕਿ ਇੱਕ ਬਹੁਤ ਵੱਡਾ ਇੱਕ ਚੈਲੰਜ ਹੈ, ਉਹਦੇ 'ਚ ਬਹੁਤ ਸਾਰੇ ਪੇਸ਼ੈਂਟ ਜਿਹਨਾਂ ਨੂੰ ਤੁਸੀਂ ਕੌਂਸਲ ਕਰਦੇ ਹੋ, ਉਹਨਾਂ ਦੇ ਪੇਰੈਂਟਸ ਨੂੰ ਕੌਂਸਲ ਕਰਦੇ ਹੋ, ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਚੁੱਕੇ ਹੋ, ਔਰ ਇਹ ਹੋਸਪਿਟਲ ਇੱਕ ਵਰਦਾਨ ਬਣਿਆ ਹੋਇਆ ਹੈ, ਕਿਉਂਕਿ ਡਾਕਟਰ ਸਾਹਿਬ ਤੁਹਾਡਾ ਵੀ ਮਾਇੰਡ ਸੈਟ ਅਪ ਜਿਹੜਾ ਹੈਗਾ ਉਹ ਮਹਾਂਪੁਰਖਾਂ ਨੇ ਜਿੱਦਾਂ ਤੁਹਾਨੂੰ ਕੌਂਸਲ ਕੀਤਾ, ਭਾਈ ਆਪਾਂ ਇੱਥੇ ਸੇਵਾ ਕਰਨੀ ਆ, ਤੁਸੀਂ ਵੀ ਆਪਣੇ ਮਨ 'ਚ ਸੇਵਾ ਭਾਵ ਲੈ ਕੇ ਚੱਲਦੇ ਹੋ, ਔਰ ਉਹ ਲੋਕ ਜਿਹੜੇ ਨਸ਼ੇ ਦੀ ਦਲਦਲ 'ਚ ਫਸੇ ਹੁੰਦੇ ਆ, ਜਿਹੜੇ ਡਿਪਰੈਸ਼ਨ, ਉਹਨਾਂ ਦੇ ਲਈ ਇੱਕ ਵਰਦਾਨ। ਹਾਂਜੀ, ਤੁਸੀਂ ਠੀਕ ਕਹਿ ਰਹੇ ਹੋ, ਇੱਥੇ ਜਿਵੇਂ ਕਿ ਸਾਰੇ ਜਾਣਦੇ ਨੇ, ਅੱਜ ਕੱਲ੍ਹ ਡਿਪਰੈਸ਼ਨ, ਐਂਗਜ਼ਾਇਟੀ ਅਤੇ ਸਟ੍ਰੈਸ ਦੀ ਪ੍ਰੋਬਲਮਸ ਕਾਫੀ ਦਿਨੋ ਦਿਨ ਵੱਧ ਰਹੀ ਹੈ, ਅਤੇ ਇਹ ਵੀ ਦੇਖਿਆ ਜਾ ਰਿਹਾ ਕਿ ਬੱਚਿਆਂ ਦੇ ਵਿੱਚ ਵੀ ਇਹ ਸਮੱਸਿਆ ਕਾਫੀ ਵੱਧਦੀ ਜਾ ਰਹੀ ਹੈ, ਅਤੇ ਇਸ ਏਰੀਏ 'ਚ ਸਪੈਸ਼ਲ ਤਰਨ ਤਾਰਨ ਅੰਮ੍ਰਿਤਸਰ ਏਰੀਏ 'ਚ ਨਸ਼ੇ ਦੀ ਵੀ ਕਾਫੀ ਦਿੱਕਤ ਮਹਿਸੂਸ ਕੀਤੀ ਜਾ ਰਹੀ ਹੈ, ਅਤੇ ਜੋ ਕਿ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ। ਇਸ ਕਰਕੇ ਮੇਰੀ ਸੇਵਾ ਡਾਕਟਰ ਬਾਬਾ ਜੀ ਨੇ ਲਾਈ ਹੈ, ਅਤੇ ਇਸ ਟਰੱਸਟ 'ਚ ਮੈਂ ਜੁੜ ਕੇ ਇਸ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਆਪਦੇ ਸਹੀ ਹੈਲੋ। ਹਾਂਜੀ, ਅਤੇ ਮੈਂ ਇਹ ਅਬਜ਼ਰਵ ਕੀਤਾ ਕਿ ਇੱਥੇ ਪੇਸ਼ੈਂਟ ਜੋ ਕਾਫੀ ਅਲੱਗ ਅਲੱਗ ਜਗ੍ਹਾ ਤੋਂ ਕਾਫੀ ਮਾਯੂਸ ਹੋ ਕੇ ਇਸ ਹੋਸਪਿਟਲ 'ਚ ਉਮੀਦ ਲੈ ਕੇ ਆਉਂਦੇ ਹੈ, ਅਤੇ ਉਹਨਾਂ ਨੂੰ ਫਿਰ ਇਸ ਉਮੀਦ ਲਈ ਜੋ ਕਿ ਅੱਜ ਕੱਲ੍ਹ ਦੇਖਿਆ ਗਿਆ ਕਿ ਪੈਸੇ ਦੀ ਕਮੀ ਵੀ ਹੁੰਦੀ ਹੈ, ਅਤੇ ਇਸ ਟਰੱਸਟ ਨੇ ਉਸ ਗਰੀਬ ਜਾਂ ਸਹਾਰਾ ਜਿਹਨਾਂ ਨੂੰ ਚਾਹੀਦਾ ਹੁੰਦਾ ਹੈ ਉਹਨਾਂ ਦੀ ਵੀ ਕਾਫੀ ਹੈਲਪ ਕਰਦੇ ਹੈ, ਪੈਸੇ ਨੂੰ ਨਾ ਮੁੱਖ ਰੱਖਦਿਆਂ ਹੋਇਆ ਇਲਾਜ ਨੂੰ ਮੁੱਖ ਰੱਖਿਆ ਜਾਂਦਾ ਹੈ ਇੱਥੇ, ਤਾਂ ਇਸ ਕਰਕੇ ਇਸ ਹੋਸਪਿਟਲ ਦਾ ਕਾਫੀ ਸਹਾਰਨਯੋਗ ਕੰਮ ਹੈ। ਐਂਬੀਐਸ ਜਿਹੜਾ ਹੈਗਾ ਉਹ ਇਸ ਹੋਸਪਿਟਲ ਦਾ ਇੰਨਾ ਕੁ ਵਧੀਆ ਹੈਗਾ ਕਿ ਫੁੱਲੀ ਏਸੀ ਔਰ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ। ਇਹ ਨਹੀਂ ਹੈ ਕਿ ਚੈਰੀਟੇਬਲ ਹੋਸਪਿਟਲ ਜਿਵੇਂ ਪੇਸ਼ਤ ਹੁੰਦੇ ਆਪਾਂ ਦੇਖਦੇ ਹਾਂ ਚੈਰੀਟੇਬਲ ਹੋਸਪਿਟਲ, ਪਰ ਬਾਬਾ ਜੀ ਦਾ ਇਹ ਮੰਨਣਾ ਕਿ ਆਪਾਂ ਹੋਸਪਿਟਲ ਤੋਂ ਪੈਸਾ ਨਹੀਂ ਕਮਾਉਣਾ, ਭਾਈ ਡਾਕਟਰਾਂ ਦੀ ਤਨਖਾਹ, ਮੁਲਾਜ਼ਮਾਂ ਦੀ ਤਨਖਾਹ, ਔਰ ਜੋ ਵੀ ਗਰੀਬ ਹੁੰਦਾ ਉਹਨੂੰ ਕਦੇ ਇੱਥੇ ਖਾਲੀ ਹੱਥ ਨਹੀਂ ਮੋੜਨਾ। ਇਹ ਨਹੀਂ ਵੀ ਉਹ ਪੈਸੇ ਦੇ ਬਹਾਵ ਕਰਕੇ ਇਸ ਹੋਸਪਿਟਲ ਦੇ ਵਿੱਚੋਂ ਸੇਵਾਵਾਂ ਤੋਂ ਬਣ ਜਾ ਰਹੇ ਜੀ। ਹਾਂਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਸ ਹੋਸਪਿਟਲ ਦੀ ਜੋ ਬਿਲਡਿੰਗ ਹੈ ਜਾਂ ਐਂਬੀਅੰਸ ਹੈ ਉਹ ਅਮੈਰੀਕਾ ਜਾਂ USA ਬੇਸਡ ਹੋਸਪਿਟਲ ਹੈ, ਉਹਨਾਂ ਦੇ ਬਿਲਕੁਲ ਰਿਜ਼ੈਂਬਲ ਕਰਦਾ ਹੈ, ਕਿਸੇ ਵੀ ਤਰ੍ਹਾਂ ਕਿਸੇ ਵੀ ਪੱਖ ਤੋਂ ਇਹ ਪਿੱਛੇ ਨਹੀਂ ਹੈ, ਹਰ ਫੈਸਿਲਿਟੀ ਅਵੇਲੇਬਲ ਹੈ ਇੱਥੇ। ਸਟਾਫ ਵੀ ਜੋ ਕਿ ਜੋ ਹੈਲਪਿੰਗ ਸਟਾਫ ਹੁੰਦਾ ਹੈ ਜਾਂ ਸਫਾਈ ਵਾਲੇ ਸਟਾਫ ਹੁੰਦੇ ਆ, ਉਹ ਵੀ 24/7 ਇੱਥੇ ਇਸੇ ਕੰਮ 'ਚ ਲੱਗੇ ਰਹਿੰਦੇ ਆ ਕਿ ਹੋਸਪਿਟਲ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਫੈਸਿਲਿਟੀ 'ਚ ਕਮੀ ਨਾ ਆਵੇ, ਤਾਂ ਆਉਣ ਜਾਣ ਵਾਲੇ ਜਾਂ ਕਿਸੇ ਵੀ ਪੇਸ਼ੈਂਟ ਦੇ ਅਟੈਂਡੈਂਟ ਜਾਂ ਪੇਸ਼ੈਂਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ। ਅਤੇ ਇੱਥੇ ਹਰ ਪੇਸ਼ੈਂਟ ਦਾ ਅਤੇ ਹਰ ਅਟੈਂਡੈਂਟ ਦਾ ਵੀ ਖਾਸ ਕਰਕੇ ਧਿਆਨ ਰੱਖਿਆ ਜਾਂਦਾ। ਇੱਥੇ ਕੈਂਟੀਨ ਵੀ ਹੈ 24/7, ਇੱਥੇ ਖਾਣਾ ਵੀ ਅਵੇਲੇਬਲ ਹੈ ਪੇਸ਼ੈਂਟਾਂ ਲਈ ਅਤੇ ਪੇਸ਼ੈਂਟ ਦੇ ਅਟੈਂਡੈਂਟ ਲਈ, ਜੋ ਕਿ ਕਾਫੀ ਹੀ ਹੋਸਪਿਟਲਾਂ 'ਚ ਇਹ ਫੈਸਿਲਿਟੀ ਅਵੇਲੇਬਲ ਨਹੀਂ ਹੁੰਦੀ, ਜਿਸ ਕਰਕੇ ਪੇਸ਼ੈਂਟ ਨੂੰ ਅਤੇ ਅਟੈਂਡੈਂਟ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਪਰ ਇਸ ਹੋਸਪਿਟਲ 'ਚ ਹਰ ਪੱਖੋਂ ਪੇਸ਼ੈਂਟ ਦੇ ਦਾ ਧਿਆਨ ਰੱਖਿਆ ਜਾਂਦਾ ਹੈ, ਕਿਸੇ ਵੀ ਤਰ੍ਹਾਂ ਦੇ ਇਲਾਜ, ਕਿਸੇ ਵੀ ਤਰ੍ਹਾਂ ਦੇ ਖਾਣੇ ਪੀਣੇ ਜਾਂ ਸਫਾਈ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਜਾਂਦੀ, ਅਤੇ ਇਹ ਇਸ ਹੋਸਪਿਟਲ ਦੀ ਕਾਫੀ ਅੱਛੀ ਗੱਲ ਮੰਨੀ ਜਾਂਦੀ। ਦੱਸਾਂ ਲੇਟੈਸਟ ਮਸ਼ੀਨਰੀ ਇੱਥੇ ਅਗਰ ਆਪਾਂ ਗੱਲ ਕਰ ਲਈਏ, ਹਰ ਤਰ੍ਹਾਂ ਦਾ ਜਿਹੜਾ ਹੈਗਾ ਟੈਸਟ ਇੱਥੇ ਅਵੇਲੇਬਲ ਹੈਗਾ। ਔਰ ਬਾਬਾ ਜੀ ਦਾ ਮੰਨਣਾ ਇਹ ਹੈ ਕਿ ਇਹ ਚੈਰੀਟੇਬਲ ਹੋਸਪਿਟਲ ਵਾਂਗੂ ਨਹੀਂ, ਭਾਈ ਤੁਸੀਂ ਇੱਕ ਵੱਡੇ ਹੋਸਪਿਟਲ ਵਾਂਗੂ ਸਾਨੂੰ ਚਲਾਓ, ਜੋ ਤੁਹਾਨੂੰ ਚਾਹੀਦਾ ਸਾਨੂੰ ਦੱਸੋ। ਅਗਰ ਆਪਾਂ ਗੱਲ ਕਰ ਲਈਏ ਬ੍ਰੇਨ ਦੇ ਟੈਸਟ ਦੀ ਗੱਲ ਕਰ ਲਈਏ, ਹੋਰ ਚੀਜ਼ਾਂ ਦੀ ਗੱਲ ਕਰ ਲਈਏ,
ਅਗਰ ਆਪਾਂ ਹੋਰ ਫੈਸਿਲਿਟੀ ਦੀ ਗੱਲ ਕਰ ਲਈਏ, ਏ ਸੀ ਦੀ ਗੱਲ ਕਰ ਲਈਏ, ਹਾਰਟ ਦੀ ਗੱਲ ਕਰ ਲਈਏ, ਹੋਰ ਕਿਸੇ ਵੀ ਡਿਪਾਰਟਮੈਂਟ ਨਾਲ ਜੁੜੀ ਚੀਜ਼ ਹੈ ਜਿਹੜੀ ਉਹ ਲੇਟੈਸਟ ਇੱਥੇ ਅਵੇਲੇਬਲ ਹੈਗੀ। ਹਾਂਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ, ਇੱਥੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਫੈਸਿਲਿਟੀ ਅਵੇਲੇਬਲ ਹੈ, ਜੋ ਕਿ ਨਵੀਂ ਤੋਂ ਨਵੀਂ ਮਸ਼ੀਨ ਜੋ ਤੁਹਾਨੂੰ ਦਿੱਲੀ ਜਾਂ ਪੀਜੀ ਚੰਡੀਗੜ੍ਹ 'ਚ ਅਵੇਲੇਬਲ ਹੈ, MRI ਮਸ਼ੀਨਸ ਜੋ ਇਨਵੈਸਟੀਗੇਸ਼ਨ ਲਈ ਇੱਥੇ ਈਜ਼ਲੀ ਅਵੇਲੇਬਲ ਹੈ, ਉਹਦੇ ਲਈ ਤੁਹਾਨੂੰ ਕੁਝ ਜ਼ਿਆਦਾ ਵੇਟ ਨਹੀਂ ਕਰਨਾ ਪੈਂਦਾ। ਸਿਟੀ ਸਕੈਨ, MRI ਔਰ ਈਕੋ ਵਗੈਰਾ ਔਰ ਅਲਟਰਾਸਾਊਂਡ ਦੇ ਸਾਰੇ ਤਰ੍ਹਾਂ ਦੇ ਟੈਸਟ ਇੱਥੇ ਹੁੰਦੇ ਨੇ, ਮੈਮੋਗ੍ਰਾਫੀ, ਐਕਸਰੇ ਔਰ ਲੈਬ 'ਚ ਵੀ ਜੋ ਪੈਥੋਲੋਜੀਕਲ ਲੈਬ 'ਚ ਹਰ ਤਰ੍ਹਾਂ ਦੀ ਬਾਇਓਪਸੀ, CSF ਐਨਾਲਿਸਿਸ, ਸਾਰੇ ਤਰ੍ਹਾਂ ਦੇ ਟੈਸਟ ਅਵੇਲੇਬਲ ਹੈ। ਹੁਣ ਅਸੀਂ ਨਰਵ ਕੰਡਕਸ਼ਨ ਸਟੱਡੀ ਦੀ ਵੀ ਇੱਕ ਟੈਸਟ ਇਨਵੈਸਟੀਗੇਸ਼ਨ ਲੈ ਕੇ ਆ ਰਹੇ ਨੇ, ਜੋ ਕੁਛ ਹੀ ਦਿਨਾਂ 'ਚ ਸ਼ੁਰੂ ਹੋ ਜਾਊਗੀ। ਉਹਦੇ ਨਾਲ ਮਰੀਜ਼ਾਂ ਨੂੰ ਕਾਫੀ ਜੋ ਨਰਵ ਕੰਡਕਸ਼ਨ ਦੀ ਸਟੱਡੀ ਲਈ ਕਈ ਵਾਰ ਅੰਮ੍ਰਿਤਸਰ ਜਾਂ ਬਾਹਰ ਜਾਣਾ ਪੈਂਦਾ ਸੀ, ਉਹ ਵੀ ਫੈਸਿਲਿਟੀ ਇੱਥੇ ਪ੍ਰੋਵਾਈਡ ਕੀਤੀ ਜਾਵੇਗੀ, ਜੋ ਕਿ ਕਾਫੀ ਪੇਸ਼ੈਂਟਾਂ ਲਈ ਫਾਇਦੇਮੰਦ ਰਹੇ। ਦੱਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਦਰਸ਼ਕੋ ਜਿਹੜੇ ਵੀ ਦਰਸ਼ਕ ਇਸ ਚੈਨਲ ਦੇ ਮਾਧਿਅਮ 'ਤੇ ਦੇਖ ਰਹੇ ਆ, ਭਾਈ ਇਹ ਨਾ ਸੋਚੋ ਵੀ ਇਹ ਚੈਰੀਟੇਬਲ ਹੋਸਪਿਟਲ ਆ, ਇੱਕ ਵਾਰੀ ਆਓ, ਕੋਈ ਵੀ ਪ੍ਰੋਬਲਮ ਆ ਤੁਹਾਨੂੰ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ, ਇੱਕ ਵਾਰੀ ਹੋਸਪਿਟਲ 'ਚ ਆਓ, ਵਿਜ਼ਿਟ ਕਰੋ, ਵਿਜ਼ਿਟ ਕਰਕੇ ਡਾਕਟਰਸ ਨੂੰ ਮਿਲੋ, ਤੁਹਾਨੂੰ ਲੇਟੈਸਟ ਜਿਹੜੇ ਹੈਗੇ ਆ ਡਾਕਟਰ ਵਧੀਆ ਕੁਆਲੀਫਾਈਡ ਮਿਲਣਗੇ, ਔਰ ਸੇਵਾ ਦੇ ਵਿੱਚ ਹਮੇਸ਼ਾ ਉਹਨਾਂ ਦਾ ਮਨ ਜਿਹੜਾ ਹੈਗਾ ਉਹ ਡਾਕਟਰਾਂ ਦਾ ਸੇਵਾ ਵਾਲਾ ਹੋਊਗਾ। ਆਓ ਇੱਕ ਵਾਰੀ ਹੋਸਪਿਟਲ ਦੇ ਵਿੱਚ, ਪਰਮਾਤਮਾ ਵੈਸੇ ਤਾਂ ਹੋਸਪਿਟਲ 'ਚ ਲਿਆ ਵੀ ਨਾ ਕਿਸੇ ਨੂੰ, ਪਰ ਜੇ ਕਿਤੇ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਤਾਂ ਦੇਰ ਨਾ ਕਰੋ, ਤੁਸੀਂ ਇੱਕ ਵਾਰੀ ਆ ਕੇ ਵਿਜ਼ਿਟ ਜ਼ਰੂਰ ਕਰੋ। ਡਾਕਟਰ ਸਾਹਿਬ ਬਹੁਤ ਧੰਨਵਾਦ। ਤੁਹਾਡਾ ਵੀ ਧੰਨਵਾਦ। ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਦੇ ਵਿੱਚ ਲਗਾਈ ਹੈ, ਸੰਤ ਬਾਬਾ ਜਗਤਾਰ ਸਿੰਘ ਜੀ ਜਿਨ੍ਹਾਂ ਨੇ ਹਮੇਸ਼ਾ ਸੇਵਾ ਕੀਤੀ ਹੈ ਔਰ ਲੋਕਾਂ ਦੇ ਲਈ ਇਹ ਸੇਵਾ ਦਾ ਕੇਂਦਰ ਜਿਹੜਾ ਗੁਰੂ ਨਾਨਕ ਹੋਸਪਿਟਲ ਖੋਲ੍ਹਿਆ, ਜਿਹਦੇ ਵਿੱਚ ਸੇਵਾ ਜਿਹਦੇ ਵਿੱਚ ਟਰੋਮਾ ਦੀ ਗੱਲ ਕਰ ਲਈਏ ਆਪਾਂ, ਹਾਰਟ ਦੇ ਪੇਸ਼ੈਂਟ ਦੀ ਗੱਲ ਕਰ ਲਈਏ, ਹਾਈ ਰਿਸਕ ਪ੍ਰੈਗਨੈਂਸੀਜ਼ ਦੀ ਗੱਲ ਕਰ ਲਈਏ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਹੈ, ਰਾਤ ਨੂੰ ਬੰਦੇ ਨੂੰ ਆਉਂਦੀ ਆ, 24 ਘੰਟੇ ਜਿਹੜਾ ਹੋਸਪਿਟਲ ਸੇਵਾ ਕਰ ਰਿਹਾ। ਬਾਬਾ ਜੀ ਗੁਰੂ ਨਾਨਕ ਹੋਸਪਿਟਲ ਜਿਹੜਾ ਇੱਕ ਸੇਵਾ ਦਾ ਕੇਂਦਰ ਬਣ ਕੇ ਸੇਵਾ ਕਰ ਰਿਹਾ ਹੈਗਾ, ਔਰ ਜੀ ਮਹਾਂਪੁਰਖਾਂ ਦਾ ਦੇਖਿਆ ਸੀਗਾ ਅੱਜ ਤੋਂ ਕਾਫੀ ਸਾਲ ਪਹਿਲਾਂ, ਜਦੋਂ ਹੈਲਥ ਦੀਆਂ ਸੇਵਾਵਾਂ ਜਿਹੜੀਆਂ ਇਸ ਏਰੀਏ ਦੇ ਵਿੱਚ ਇੰਨੀਆਂ ਜ਼ਿਆਦਾ ਨਹੀਂ ਸੀਗੀਆਂ, ਜਦੋਂ ਪੇਸ਼ੈਂਟਸ ਨੂੰ ਅੰਮ੍ਰਿਤਸਰ ਪੇਸ਼ੈਂਟਸ ਨੂੰ ਚੰਡੀਗੜ੍ਹ PGI ਬਹੁਤ ਦੂਰ ਦੂਰ ਜਾਣਾ ਪੈਂਦਾ ਸੀਗਾ, ਉਸ ਸਮੇਂ 'ਤੇ ਬੂਟਾ ਲਾਇਆ, ਜਿਹਦੇ ਵਿੱਚ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਔਰ ਨਵੀਆਂ ਨਵੀਆਂ, ਜਿਵੇਂ ਜਿਵੇਂ ਸਮਾਂ ਬਦਲਦਾ ਜਾ ਰਿਹਾ, ਨਹੀਂ ਤਾਂ ਆਪਾਂ ਦੇਖ ਸਕਦੇ ਹੋਸਪਿਟਲ ਪੇਸ਼ੈਂਟ ਹੋ ਜਾਂਦੇ ਆ, ਪਰ ਸਮੇਂ ਦੇ ਨਾਲ ਨਾਲ ਮਹਾਂਪੁਰਖਾਂ ਨੇ ਇਸ ਹੋਸਪਿਟਲ ਨੂੰ ਨਵਾਂ ਨਵੀਨੀਕਰਨ ਦਿੰਦੇ ਗਏ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਦਾਸ ਦਲਬੀਰ ਸਿੰਘ, ਮਹਾਂਪੁਰਸ਼ ਸੰਤ ਬਾਬਾ ਜਗਤਾਰ ਸਿੰਘ ਦਾ ਸੇਵਾਦਾਰ। ਬਾਬਾ ਜੀ ਨੇ ਜੋ ਹੋਸਪਿਟਲ ਬਣਾਇਆ ਹੈ, ਸੰਗਤਾਂ ਦੀ ਮੰਗ ਨੂੰ ਦੇਖਦਿਆਂ ਹੋਇਆਂ 2008 ਵਿੱਚ ਸ਼ੁਰੂ ਕੀਤੀ ਸੀ ਬਿਲਡਿੰਗ, 2012 ਦਸੰਬਰ ਵਿੱਚ ਹੋਸਪਿਟਲ ਸ਼ੁਰੂ ਕਰ ਦਿੱਤਾ ਸੀ, OPD ਸ਼ੁਰੂ ਕੀਤੀ ਸੀ, ਜਿਸ ਦਾ ਤਰਨ ਤਾਰਨ ਏਰੀਆ ਬਾਰਡਰ ਏਰੀਆ ਨੂੰ ਬਹੁਤ ਹੀ ਫਾਇਦਾ ਹੈ, ਕਿਉਂ ਅੰਮ੍ਰਿਤਸਰ ਸ਼ਹਿਰ ਵਿੱਚ ਜਾਣ ਵਾਸਤੇ ਬਹੁਤ ਦਿੱਕਤਾਂ ਆਉਂਦੀਆਂ, ਕੋਈ ਭੀੜੇ ਬਾਜ਼ਾਰ ਨੇ, ਕਿਸ ਤਰ੍ਹਾਂ ਹੈ ਇਹ ਹੋਸਪਿਟਲ, ਇਹ ਨਹੀਂ ਸੁਵਿਧਾ ਕਿ ਬਾਈਪਾਸ ਦੇ ਬਿਲਕੁਲ ਲਾਗੇ, ਕੋਈ ਰਾਸ਼ ਨਹੀਂ ਹੈ, ਕੋਈ ਮੇਨ ਬਾਜ਼ਾਰ ਨਹੀਂ ਹੈ ਕੋਈ ਵੀ, ਹੋਸਪਿਟਲ ਵਿੱਚ ਸਾਰੇ ਤਰ੍ਹਾਂ ਦੇ ਇਲਾਜ ਹੁੰਦੇ ਨੇ ਔਰ ਇਹਦੀ ਕੋਸਟ ਵੀ ਕੋਈ ਜ਼ਿਆਦਾ ਨਹੀਂ ਹੈ, ਰੀਜਨੇਬਲ ਰੇਟ 'ਤੇ ਹੁੰਦੇ ਨੇ। ਕੋਈ ਐਮਰਜੈਂਸੀ ਕੇਸ ਆਉਂਦਾ ਆ, ਬਾਬਾ ਜੀ ਇਹ ਡਿਮਾਂਡ ਨਹੀਂ ਕਰਦੇ ਵੀ ਇੰਨੇ ਪੈਸੇ ਪਹਿਲਾਂ ਜਮ੍ਹਾਂ ਕਰੋ ਅਤੇ ਫਿਰ ਇਲਾਜ ਸ਼ੁਰੂ ਕਰਾਂਗੇ, ਸਭ ਤੋਂ ਵੱਧ ਸੁਵਿਧਾ ਇਹ ਹੈ ਵੀ ਇਲਾਜ ਸ਼ੁਰੂ ਕਰ ਦਿੰਦੇ ਨੇ, ਪੈਸਿਆਂ ਦੀ ਡਿਮਾਂਡ ਬਾਅਦ ਵਿੱਚ ਕਰਦੇ ਨੇ, ਉਹ ਤਾਂ ਹੈ ਕਿ ਡਾਕਟਰਾਂ ਦੀਆਂ ਤਨਖਾਹਾਂ ਵੀ ਆ, ਸਟਾਫ ਦੀਆਂ ਤਨਖਾਹਾਂ, ਇਹਦੇ ਵਾਸਤੇ ਵੀ
ਅਤੇ ਖਾਸ ਕਰਕੇ ਬਾਡੀ ਨੂੰ ਇਹਦੀ ਬਹੁਤ ਸੁਵਿਧਾ ਹੈ। ਇਹਦੀ ਜ਼ਿਆਦਾ ਮੇਨ ਚੀਜ਼ ਇਹ ਹੋਏ ਜੋ ਰਸ਼ ਵਿੱਚ ਨਹੀਂ, ਕੋਈ ਟਾਈਮ ਨਹੀਂ ਵੇਸਟ ਹੁੰਦਾ ਐਂਬੂਲੈਂਸ ਦਾ ਕੋਈ ਕਿਸ ਤਰ੍ਹਾਂ ਦਾ ਵੀ। ਹੋਰ ਬਾਬਾ ਜੀ ਦੀ ਮਹਾਂਪੁਰਸ਼ਾਂ ਦੀ ਸੇਵਾ ਜੋ ਹੈ ਹਿੰਦੁਸਤਾਨ ਵਿੱਚ ਵੀ ਚੱਲ ਰਹੀ ਹੈ, ਸਾਰੇ ਜਗ੍ਹਾ ਹਰਿਆਣੇ ਵਿੱਚ, ਪੰਜਾਬ ਵਿੱਚ, ਪਾਕਿਸਤਾਨ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ। ਪਾਕਿਸਤਾਨ ਵਿੱਚ ਬਾਬਾ ਜੀ ਨੇ ਨਨਕਾਣਾ ਸਾਹਿਬ ਪਹਿਲਾਂ ਇੱਕ ਸਰਾਂ ਬਣਾਈ ਸੀ ਤੰਬੂ ਸਾਹਿਬ ਗੁਰਦੁਆਰੇ, ਹੁਣ ਨਨਕਾਣਾ ਸਾਹਿਬ ਮੇਨ ਗੁਰਦੁਆਰੇ ਇੱਕ ਸਰਾਂ ਦੀ ਤਿਆਰੀ ਹੋ ਰਹੀ ਹੈ। ਗੁਰਦੁਆਰਾ ਲਾਹੌਰ ਵਿੱਚ ਡੇਰਾ ਸਾਹਿਬ ਗੁਰੂ ਅਰਜਨ ਦੇਵ ਦਾ ਸ਼ਹੀਦੀ ਸਥਾਨ ਬਹੁਤ ਵੱਡਾ ਗੁਰਦੁਆਰਾ ਬਣਾਇਆ ਹੈ। ਹੋਰ ਵੀ ਪਾਕਿਸਤਾਨ ਸੇਵਾ ਚੱਲ ਰਹੀ ਬਾਬਾ ਜੀ ਬਹੁਤ, ਪੰਜਾਬ ਦੇ ਵਿੱਚ ਵੀ ਅੰਮ੍ਰਿਤਸਰ, ਬਾਠ ਸਾਹਿਬ, ਰਮਦਾਸ, ਹਰਿਆਣੇ ਦੇ ਵਿੱਚ ਬਹੁਤ ਸੇਵਾ ਚੱਲ ਰਹੀ ਹੈ। ਪੰਜੋਖਰਾ ਸਾਹਿਬ ਆਪਣੇ ਪੁਲ ਪੱਕਾ ਹੈ, ਟਾਂਡਾ ਦੇ ਲਾਗੇ ਪੁਲ ਪੱਕਾ ਹੈ, ਗੁਰਦੁਆਰਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਬੀੜ ਬਾਬਾ ਬੁੱਢਾ ਸਾਹਿਬ ਵੀ ਬਾਬਾ ਜੀ ਨਵੀਂ ਸੇਵਾ ਮਿਲੀ ਹੈ, ਸਰਾਂ ਬਣਾਉਣੀ ਆ। ਇੱਕ ਹੋਰ ਨਵੀਂ ਸੇਵਾ ਮਿਲੀ ਹੈ ਜੋ ਕਿ ਗੜੀ ਗੁਰਦਾਸ ਨੰਗਲ, ਜਿੱਥੇ ਕਿ ਲਾਸਟ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਰੈਸਟ ਹੋਏ ਸੀ, ਉੱਥੇ ਗੁਰਦੁਆਰਾ ਦਾ ਪਹਿਲਾਂ ਹੀ ਬਣਿਆ ਹੈ। ਕਿਲ੍ਹਾ ਟਾਈਪ ਜਿਹੜੀ ਗੜੀ ਹੈ ਉਹ ਕਿਲ੍ਹਾ ਟਾਈਪ ਬਣਾਉਣੀ ਹੈ। ਉਹ ਮਾਂ ਬਾਪ ਆਪਣੇ ਕਾਰ ਸੇਵਾ ਦਿੱਤੀ ਹੈ ਇਹਨਾਂ ਨੇ, ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਸਾਰੀ ਸੇਵਾ ਸੰਗਤ ਦੇ ਸਹਿਯੋਗ ਨਾਲ ਹੋ ਰਹੀ ਹੈ, ਸੰਗਤ ਵਾਸਤੇ ਹੋ ਰਹੀ ਹੈ। ਬਾਬਾ ਜੀ ਦਾ ਕੋਈ ਵੀ ਹੋਸਪਿਟਲ ਚਲਾ ਰਹੇ, ਕਿਸ ਤਰ੍ਹਾਂ ਚਲਾ ਰਹੇ, ਕੋਈ ਵੀ ਕੰਮ ਇਹਨਾਂ ਦਾ ਪਰਸਨਲ ਵਾਸਤੇ ਨਹੀਂ ਹੈ, ਇਹਨਾਂ ਪਰਿਵਾਰ ਵਾਸਤੇ ਨਹੀਂ ਹੈ, ਇਹ ਸਭ ਸੰਗਤ ਵਿੱਚ, ਸੰਗਤ ਵਾਸਤੇ, ਸੰਗਤ ਦੀ ਮਾਇਆ, ਸੰਗਤ ਵਾਸਤੇ ਬਾਬਾ ਜੀ ਲਾਉਂਦੇ ਆ। ਸਰਾਵਾਂ ਬਣਾਈਆਂ, ਹੋਸਪਿਟਲ ਬਣਾਏ ਆ। ਚੰਡੀਗੜ੍ਹ ਵੀ ਫਿਜ਼ੀਓਥਰੈਪੀ ਦਾ ਹੋਸਪਿਟਲ ਚੱਲ ਰਿਹਾ ਹੈ, ਸੰਗਰੂਰ, ਭਵਾਨੀਗੜ੍ਹ, ਉੱਥੇ ਵੀ ਫਿਜ਼ੀਓਥਰੈਪੀ ਦਾ ਹੋਸਪਿਟਲ, ਜੋਤੀਸਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਦਾ, ਉੱਥੇ ਫਿਜ਼ੀਓਥਰੈਪੀ ਦਾ ਹੋਸਪਿਟਲ ਚੱਲ ਰਿਹਾ ਹੈ। ਇਸੇ ਤਰ੍ਹਾਂ ਇਹ ਬਾਬਾ ਜੀ ਆਪਣੀ ਜ਼ਿੰਦਗੀ ਸਾਰੀ ਸੰਗਤ ਵਾਸਤੇ ਹੀ ਇਹਨਾਂ ਨੇ ਸੰਗਤ ਨੂੰ ਅਰਪਣ ਕੀਤੀ ਹੈ। ਸੰਗਤ ਵਾਸਤੇ ਸੇਵਾ ਕਰ ਰਹੇ, ਜੋ ਗਰਾਈ ਵਾਸਤੇ ਜਾਂਦੇ ਨੇ ਬਾਹਰ ਦੇਸ਼ਾਂ ਵਿਦੇਸ਼ਾਂ ਵਜੋਂ। ਹੁਣ ਤਾਂ ਬਾਬਾ ਜੀ ਨੂੰ ਕੋਈ 4-5 ਸਾਲ ਹੋ ਗਏ ਨਹੀਂ ਗਏ ਵੀ, ਪਹਿਲਾਂ ਪ੍ਰਦੇਸ਼ਾਂ ਵਿੱਚ ਵੀ ਜਾਂਦੇ ਸੀ ਗਰਾਈ ਕਰਨ, ਉਹ ਵੀ ਸੰਗਤ ਤੋਂ, ਸੰਗਤ ਦੀ ਸੇਵਾ, ਸੰਗਤ ਵਾਸਤੇ ਹੀ ਲਾਉਂਦੇ ਨੇ ਸੇਵਾ ਜਿੱਥੇ ਵੀ ਲਾਉਂਦੇ। ਕੁਛ ਬਾਬਾ ਜੀ ਸਕੂਲ ਚੱਲ ਰਹੇ, ਅਕੈਡਮੀਆਂ ਆ, 3 ਅਕੈਡਮੀਆਂ ਚੱਲ ਰਹੀਆਂ ਆ, 1 ਭੇਵਾ ਅਕੈਡਮੀ ਹੈ, 1 ਮਥਲਾ, ਤਰਨ ਤਾਰਨ ਹੈ, ਝਬਾਰ ਰੋਡ 'ਤੇ ਆਪਣੇ ਬਾਬਾ ਜੀ ਦੀ ਅਕੈਡਮੀ ਹੈ, ਸੰਗਰੂਰ ਅਕੈਡਮੀ ਖੋਲ੍ਹੀ, ਨਵੀਂ ਖੋਲ੍ਹੀ ਬਾਬਾ ਜੀ ਨੇ ਉੱਥੇ ਵੀ। ਇਹ ਸਭ ਸੰਗਤਾਂ ਸਹਿਯੋਗ ਵਾਸਤੇ, ਅਕੈਡਮੀਆਂ ਦੀਆਂ ਫੀਸਾਂ ਵੀ ਨੋਰਮਲ ਨੇ, ਕੋਈ ਜ਼ਿਆਦਾ ਫੀਸਾਂ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ NRI ਵੀਰ ਜਿਹੜੇ ਹੈਗੇ ਨੇ ਉਹਨਾਂ ਦੀ ਅੱਖਾਂ ਮੀਚਦੇ ਨੇ, ਉਹ ਇਹ ਕਹਿੰਦੇ ਨੇ ਵੀ ਜਦੋਂ ਵੀ ਮਹਾਂਪੁਰਖਾਂ ਦੀ ਕੋਈ ਗੱਲ ਆਉਂਦੀ ਹੈਗੀ ਆ ਤਾਂ ਅਸੀਂ ਨਾਲ ਜੁੜੇ ਹੋਏ ਹਾਂ। NRI ਵੀਰਾਂ ਦਾ ਵੱਡੀ ਲਿਸਟ ਜਿਹੜੀ ਹੈਗੀ ਆ ਉਹ ਬਾਬਾ ਜੀ ਦੇ ਨਾਲ ਜੁੜੀ ਹੋਈ, ਔਰ ਹਮੇਸ਼ਾ ਉਹ ਸੇਵਾ ਦੇ ਲਈ ਤਤਪਰ ਰਹਿੰਦੇ ਨੇ। ਉਹਨਾਂ ਨੂੰ ਪਤਾ ਵੀ ਸਾਡਾ ਪੈਸਾ NRI ਨੂੰ ਹੁੰਦਾ, ਸਾਡਾ ਪੈਸਾ ਸਹੀ ਜਗ੍ਹਾ 'ਤੇ ਲੱਗੇ, ਪਰ ਜਦੋਂ ਮਹਾਂਪੁਰਖਾਂ ਦੀ ਗੱਲ ਆਉਂਦੀ ਆ ਤਾਂ ਉਹਨਾਂ ਦੇ ਦਿਲ ਦੇ ਵਿੱਚ ਜਦੋਂ ਇਹ ਆਉਂਦਾ ਕਿ ਮਹਾਂਪੁਰਖਾਂ ਦੇ ਕਿੰਨੀ ਥਾਵਾਂ 'ਤੇ ਸੇਵਾਵਾਂ ਚੱਲ ਰਹੀਆਂ ਨੇ, ਔਰ ਹਰ ਥਾਂ ਦੇ ਉੱਤੇ ਜਿਹੜੀ ਇਹ ਸੇਵਾ ਉਹ ਬਹੁਤ ਹੀ ਸ਼ਰਧਾ ਦੇ ਨਾਲ, ਸਤਿਕਾਰ ਦੇ ਨਾਲ ਹੁੰਦੀ ਆ। ਕਿੰਨੀਆਂ ਬਿਲਡਿੰਗਾਂ ਬਣਾ ਦਿੱਤੀਆਂ, ਤਰਨ ਤਾਰਨ ਸਾਹਿਬ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਹੈਗਾ, ਹਰ ਤਰ੍ਹਾਂ ਦੀ ਸੇਵਾ ਜਿਹੜੀ ਹੁੰਦੀ। ਇਹ ਸੇਵਾ ਜੋ ਬਾਬਾ ਜੀ ਕਰਵਾਉਂਦੇ ਨੇ NRI ਦੇ ਲੋਕਲ ਸੇਵਾ ਦੇ, ਸੰਗਤਾਂ ਦੀ ਸੇਵਾ ਦੇ ਸਹਿਯੋਗ ਨਾਲ ਸੇਵਾ ਸਭ ਚੱਲ ਰਹੀਆਂ ਹੈ। NRI ਨਾਲ ਖਾਸ ਕਰਕੇ ਬਹੁਤ ਹੀ ਸਹਿਯੋਗ ਹੈ, ਕਿਉਂਕਿ ਬਾਹਰ ਜਾਈਦਾ ਆ, ਬਾਹਰ ਸੇਵਾ ਦਿਖਾਈ ਦੀ ਵੀ ਹੈ। ਸੇਵਾ ਇਹ ਨਹੀਂ ਵੀ ਸੇਵਾ ਸਿਰਫ ਆਪਣੇ ਬੋਲਣ ਵਾਸਤੇ ਆ, ਪ੍ਰੈਕਟੀਕਲ ਸੇਵਾ ਬਾਬਾ ਜੀ ਦੀ ਮੀਡੀਆ 'ਤੇ ਵੀ ਪਈ ਹੈ, ਕਾਰ ਸੇਵਾ ਤਰਨ ਤਾਰਨ ਵਾਲੇ ਮੀਡੀਆ 'ਤੇ ਪਾ ਕੇ, ਯੂਟਿਊਬ 'ਤੇ ਪਾ ਕੇ ਦੇਖੋ, ਸਾਰੀ ਸੇਵਾ ਸਾਹਮਣੇ ਆ ਜਾਣੀ ਹੈ। ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ, NRI ਵੀਰਾਂ ਸੰਗਰੂਰ ਚੱਲ ਰਹੀ। ਜਦੋਂ ਬਾਹਰ ਜਾਂਦੇ ਹਾਂ ਕੋਈ ਕਹਿੰਦਾ ਬਾਬਾ ਜੀ ਮੈਂ ਪੁਲ ਪੱਕੇ 6 ਮਹੀਨੇ ਸੇਵਾ ਕੀਤੀ ਸੀ, ਮੈਂ ਫਲਾਣੇ ਦਾ ਸੇਵਾ ਕੀਤੀ ਸੀ, ਬਾਬਾ ਜੀ ਮਹਾਂਪੁਰਸ਼ਾਂ ਦਾ ਬਹੁਤ ਸਹਿਯੋਗ ਮਿਲਿਆ, ਬਾਬਾ ਜੀ ਦੀ ਕਿਰਪਾ ਦੇ ਨਾਲ ਮੈਂ ਇੱਥੇ ਬਾਹਰ ਆ ਗਿਆ, ਮੈਂ ਪੱਕਾ ਹੋ ਗਿਆ ਹਾਂ। ਇਸੇ ਤਰ੍ਹਾਂ ਸੇਵਾ ਸਭ ਚੱਲ ਰਹੀਆਂ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।